ਜਦੋਂ ਪੁਲਿਸ ਦੀ ਦੇਖ ਰੇਖ ਦੇ ਵਿੱਚ ਖੜ੍ਹੇ ਵਹੀਕਲ ਦੇ ਵਿੱਚੋਂ ਸਮਾਨ ਹੋ ਜਾਵੇ ਗਾਇਬ, ਸਵਾਲ ਤਾਂ ਬਣਦਾ ਹੈ। ਜੀ ਹਾਂ, ਇਹ ਤਸਵੀਰਾਂ ਹਨ ਫਾਜ਼ਿਲਕਾ ਦੀ ਮੰਡੀ ਲਾਦੂ ਕਾ ਦੀ ਪੁਲਿਸ ਚੌਕੀ ਦੀਆਂ, ਜਿੱਥੇ ਕਿ ਇੱਕ ਜਸਵਿੰਦਰ ਸਿੰਘ ਨਾਮਕ ਇੱਕ ਗੁਰਸਿੱਖ ਵਿਅਕਤੀ ਦਾ, ਜਿਹੜਾ ਕਿ ਸਤੰਬਰ ਮਹੀਨੇ ਦੀ 10 ਤੋਂ 11 ਸਤੰਬਰ ਦੇ ਵਿਚਕਾਰ, ਜਿਹੜਾ ਕਿ ਦਰਮਿਆਨੀ ਰਾਤ ਨੂੰ ਐਕਸੀਡੈਂਟ ਹੋ ਗਿਆ ਸੀ। ਐਕਸੀਡੈਂਟ ਦਾ ਕਾਰਨ ਜਿਹੜਾ ਕਿ ਉਹਨਾਂ ਦੇ ਪਿੱਛੋਂ ਇੱਕ ਟਰੱਕ ਨੇ ਟੱਕਰ ਮਾਰਤੀ ਸੀ, ਜਿਸ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਕਿ ਇੱਕ ਸਵਾਰੀਆਂ ਦੀ ਟੋਆ ਟਵਾਈ ਲਈ ਇਲੈਕਟ੍ਰੋਨਿਕ ਜਿਹੜਾ ਕਿ ਇੱਕ ਟੈਂਪੋ ਕਹਿ ਸਕਦੇ ਹਾਂ, ਆਟੋ ਰਿਕਸ਼ਾ ਹੈ ਜਿਹੜਾ ਕਿ ਇੱਕ ਚਲਾਇਆ ਜਾ ਰਿਹਾ ਸੀ, ਉਸ ਦੇ ਵਿੱਚ ਟਰੱਕ ਵੱਜਣ ਨਾਲ ਉਸਦਾ ਜਿਹੜਾ ਕਿ ਨੁਕਸਾਨ ਹੋ ਗਿਆ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਹ ਜਿਹੜਾ ਕਿ ਟੈਂਪੂ ਆਟੋ ਰਿਕਸ਼ਾ ਗੁਰਸਿੱਖ ਪਰਿਵਾਰ ਦਾ, ਇਹ ਮੰਡੀ ਲਾਦੂਕਾ ਚੌਕੀ ਦੇ ਬਾਹਰ ਖੜ੍ਹਾ ਹੈ, ਜਿਸ ਦੇ ਵਿੱਚੋਂ ਹੁਣ ਕਿ ਬੈਟਰੇ ਗਾਇਬ ਹੋ ਗਏ ਹਨ। ਜੀ ਹਾਂ, ਇਸ ਦੇ ਵਿੱਚੋਂ ਬੈਟਰੇ ਗਾਇਬ ਹੋ ਗਏ ਹਨ। ਇਹ ਬਿਲਕੁਲ ਮੰਡੀ ਲਾਦੂਕਾ ਚੌਕੀ ਦੇ ਬਾਹਰ ਖੜ੍ਹਾ ਇਹ ਆਟੋ ਰਿਕਸ਼ਾ ਜਿਹੜਾ ਕਿ ਇਲੈਕਟ੍ਰੋਨਿਕ ਹੈ, ਜਿਸਦੀ 2 ਬੈਟਰੇ ਗਾਇਬ ਹੋ ਗਏ ਹਨ। ਔਰ ਪਤਾ ਕਰਨ 'ਤੇ ਪਤਾ ਚੱਲਿਆ ਕਿ ਇਸ ਬੈਟਰੀਆਂ ਦੀ ਕੀਮਤ ਜਿਹੜੀ ਕਿ 12,000 ਇੱਕ ਬੈਟਰੀ ਦੀ ਕੀਮਤ ਹੈ, ਔਰ 2 ਬੈਟਰੀਆਂ ਦੀ ਕੀਮਤ ਜੇ ਕਹੀਏ ਤਾਂ 24 ਤੋਂ 25,000 ਰੁਪਏ ਹੈ। ਔਰ ਇਹ ਗੁਰਸਿੱਖ ਪਰਿਵਾਰ ਹੈ ਜਿਹੜਾ ਕਿ ਪਹਿਲਾਂ ਵੀ ਇਸ ਸਿੰਘ ਦੀ ਜਿਹੜੀ ਕਿ ਲੱਤ ਕੱਟੀ ਹੋਈ ਹੈ, ਜਸਵਿੰਦਰ ਸਿੰਘ ਦੀ, ਔਰ ਪਹਿਲਾਂ ਵੀ ਇਹ ਆਪਣੇ ਇਹ ਉਪਚਾਰ ਲਈ ਜਿਹੜਾ ਕਿ ਇਹ ਕਾਫੀ ਕੁਝ ਖਰਚ ਕਰ ਚੁੱਕੇ ਨੇ, ਔਰ ਆਪਣੀ ਰੋਜ਼ੀ ਰੋਟੀ ਚਲਾ ਰਹੇ ਸਨ ਇਸ ਆਟੋ ਤੋਂ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਪੁਲਿਸ ਦੀ ਦੇਖ ਰੇਖ ਦੇ ਵਿੱਚ ਖੜ੍ਹੇ ਇਸ ਆਟੋ ਦੇ ਵਿੱਚੋਂ ਬੈਟਰੇ ਗਾਇਬ ਹੋ ਜਾਂਦੇ ਹਨ, ਤਾਂ ਆਮ ਲੋਕਾਂ ਦਾ ਜਾਂ ਦੂਸਰੇ ਨੇੜੇ ਤੇੜੇ ਦੇ ਬੱਸ ਸਟੈਂਡ ਦੇ ਦੁਕਾਨਦਾਰਾਂ ਦਾ ਕੀ ਬਣੂਗਾ, ਜਾਂ ਮੰਡੀ ਲਾਦੂਕਾ ਦੇ ਦੁਕਾਨਦਾਰ ਕਿਸ ਭਰੋਸੇ ਆਪਣੀਆਂ ਦੁਕਾਨਾਂ ਛੱਡ ਕੇ ਜਾਂਦੇ ਹਨ। ਜਦੋਂ ਕਿ ਮੰਡੀ ਲਾਦੂਕਾ ਚੌਕੀ ਦੇ ਸਾਹਮਣੇ ਖੜ੍ਹੇ ਇਸ ਗੁਰਸਿੱਖ ਦੇ ਆਟੋ ਦੇ ਵਿੱਚੋਂ ਬੈਟਰੇ ਗਾਇਬ ਹੋ ਗਏ ਹਨ, ਹੁਣ ਇਹ ਗੁਰਸਿੱਖ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਹੀ ਉਹਨਾਂ ਦੀ ਲੱਤ ਕੱਟੀ ਹੋਈ ਹੈ, ਔਰ ਉਹ ਇਸ ਚੌਕੀ ਦੇ ਗੇੜੇ ਮਾਰ ਮਾਰ ਕੇ ਅੱਕ ਗਏ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਦਿੱਤਾ ਜਾ ਰਿਹਾ। ਹੁਣ ਦੇਖਣਾ ਇਹ ਬਣਦਾ ਹੈ ਕਿ ਇਸ ਬੈਟਰੀਆਂ ਦੀ ਕੀਮਤ ਕੀ ਇਹ ਮੰਡੀ ਲਾਦੂਕਾ ਦੇ ਚੌਕੀ ਮੁਲਾਜ਼ਮ ਦੇਣਗੇ ਜਾਂ ਸਰਕਾਰ ਦੇਵੇਗੀ, ਇਹ ਹੁਣ ਦੇਖਣਾ ਬਣਦਾ ਹੈ। ਬਣੇ ਰਹੋ ਸਾਡੇ ਨਾਲ, ਅੱਗੇ ਦੀ ਵੀਡੀਓ ਦੇਖੋ ਕੀ ਦੱਸ ਰਿਹਾ ਜਸਵਿੰਦਰ ਸਿੰਘ। ਆਪਣਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ, ਅਤੇ ਪਿੰਡ ਝੁੱਗਲਾ ਸਿੰਘ ਪੂਰਨ ਵਾਲਾ ਖੂਹ ਹੈ ਜੀ, ਜਿਹੜੇ ਨਜ਼ਦੀਕ ਵੱਡਾ ਸੇਬ ਨਾਲ ਅੱਡਾ ਲਾਦੂ ਹੈ ਜੀ। ਅਤੇ ਮੇਰੀ ਤਾਂ ਆਪਣੇ ਜੋ ਜਿਸ ਜਿਹੜਾ ਮੇਰਾ ਮਸਲਾ ਹੈ ਜੀ, ਜਿਹੜੀ ਮੇਰੀ ਮੰਗ ਹੈ ਜੀ, ਜੋ ਮੈਂ 2022 ਦੇ ਵਿੱਚ 23 ਵਿੱਚ ਐਕਸੀਡੈਂਟ ਹੋਇਆ ਸੀਗਾ, ਉਪਰੰਤ ਐਕਸੀਡੈਂਟ ਹੋਣ ਦੇ ਬਾਵਜੂਦ ਉਸ ਤੋਂ ਬਾਅਦ ਰਾਤ ਨੂੰ ਤਕਰੀਬਨ 10 ਵਜੇ ਦਾ ਟਾਈਮ ਸੀ ਜਦੋਂ ਐਕਸੀਡੈਂਟ ਹੋਇਆ ਸੀਗਾ ਜੀ। ਅਤੇ ਉੱਥੋਂ ਫਿਰ ਅੱਡੇ ਤੋਂ ਐਕਸੀਡੈਂਟ ਜਦੋਂ ਟਰੱਕ ਵੱਜਿਆ ਆਪਣਾ, ਪਹਿਲਾਂ ਫਲ ਫਰੂਟ ਰੇਹੜੀ ਵਿੱਚ ਵੱਜ ਕੇ ਟਰੱਕ ਫਿਰ ਕਾਰ ਵਿੱਚ ਵੱਜਿਆ, ਕਾਰ ਵਿੱਚ ਵੱਜ ਗਿਆ, ਉਪਰੰਤ ਫਿਰ ਮੇਰੀ ਗੱਡੀ ਵਿੱਚ ਵੱਜਿਆ, ਮੇਰੇ ਵਿੱਚ ਟਰੱਕ ਵੱਜਿਆ, ਉਪਰੰਤ ਉਸ ਤੋਂ ਬਾਅਦ ਕੀ ਆ, ਇੱਥੇ ਪਿੰਡ ਦੇ ਇੱਥੇ ਠੱਲ ਗਏ ਆਟੋ ਜੀ। ਅਤੇ ਇੱਥੇ ਠੱਲਣ ਦੇ ਬਾਵਜੂਦ ਉਸ ਤੋਂ ਬਾਅਦ ਜਿਹੜਾ ਸੀਗਾ ਮੇਰਾ ਸਮਾਨ ਸਾਰਾ ਹੈਗਾ ਸੀਗਾ ਜੀ, ਬਿਲਕੁਲ ਕਲੀਅਰ ਸੀਗਾ ਜੀ। ਉਸ ਤੋਂ ਬਾਅਦ ਇਕੱਲੇ ਚੱਕੇ ਟੁੱਟੇ ਸੀਗੇ ਜੀ, ਜੋ ਟਰੱਕ ਵਾਲੇ ਨੂੰ ਗੱਡੀ ਵਾਲੇ ਨੂੰ ਇੱਥੇ ਲਿਆਂਦਾ ਸੀਗਾ ਜਦੋਂ ਐਕਸੀਡੈਂਟ ਹੋਇਆ ਸੀਗਾ ਜੀ, ਉਹ ਵੀ ਇੱਥੇ ਵਾਹਵਾ ਦਿਨ ਖੜੋਤਾ ਰਿਹਾ ਸੀਗਾ। ਅਤੇ ਦੂਜਾ ਕਾਰ ਵਾਲਾ ਹੀ ਕਾਰ ਸੀ ਜੋ ਕਿਸੇ ਦੇ ਘਰ ਕਢਿਆ ਦਿੱਤੀ ਸੀਗੀ, ਨੂਰਸ਼ਾ ਦੀ ਕਾਰ ਸੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀਗਾ ਨਾਲ। ਉਪਰੰਤ ਕੀ ਹੋਇਆ, ਉੱਥੇ ਮੈਂ ਵੇਖਿਆ ਵੀ ਆ ਕੇ ਵੀ ਆ ਜਾ ਕੇ ਮੈਂ ਜਾ ਕੇ ਵੇਖਿਆ ਕੀ ਸਮਾਨ ਪੈਣ ਵਾਲਾ ਗੱਡੀ ਦੇ ਵਿੱਚ, ਜੋ ਉਹੀ ਮੇਰੀ ਮਿਹਨਤ ਮਜ਼ਦੂਰੀ ਦਾ ਕੰਮ ਸੀਗਾ, ਇਸੇ 'ਤੇ ਮੈਂ ਆਪਦੀ ਮਿਹਨਤ ਮਜ਼ਦੂਰੀ ਕਰਦਾ ਸੀਗਾ, ਮੇਰਾ ਹੋਰ ਕੋਈ ਰੁਜ਼ਗਾਰ ਹੈ ਨਹੀਂ ਸੀਗਾ ਜੀ। ਮੈਂ ਵਿਆਜੂ ਪੈਸੇ ਲੈ ਕੇ ਜੀ, ਅਤੇ ਫਿਰ ਮੈਂ ਇਹ ਗੱਡੀ ਲਈ ਆ ਜੀ। ਉਪਰੰਤ ਹੁਣ ਜਦੋਂ ਮੈਂ ਆ ਕੇ ਵੇਖਿਆ ਅਤੇ ਮੈਂ ਚੱਕੇ ਪਾ ਕੇ ਮੈਂ ਆਪਦੀ ਆਟੋ ਲੈ ਆਊਗਾ, ਜਦੋਂ ਵਿੱਚ ਖੋਲ੍ਹ ਕੇ ਵੇਖਿਆ ਮਗਰਲੀਆ 2 ਬੈਟਰੇ ਹੈ ਨਹੀਂਗਾ, 4 ਬੈਟਰੇ ਆ ਅਤੇ ਗੱਡੀ ਚੱਲਦੀ ਆ ਜੀ। ਅਤੇ ਜੋ ਇੱਥੇ ਮੰਡੀ ਲਾਦੂਕਾ ਚੌਂਕੀ ਦੇ ਸਾਹਮਣੇ ਆਟੋ ਖੜੋਤੀ ਸੀਗੀ, ਤਕਰੀਬਨ ਖੜੋਤੀ 2 ਮਹੀਨੇ ਹੋ ਗਏ ਜੀ ਇੱਥੇ ਜੀ। ਉਪਰੰਤ ਜਦੋਂ ਆ ਕੇ ਵੇਖਿਆ ਪਹਿਲਾਂ ਮਹੀਨਾ ਕੁ ਆਇਆ ਉਹਦੇ ਵਿੱਚ ਬੈਟਰੀਆਂ ਹੈਗੀਆਂ ਸੀਗੀਆਂ ਜੀ, ਜਦੋਂ 3-4 ਦਿਨ ਹੋ ਗਏ ਆ ਕੇ ਵੇਖਿਆ ਜੀ ਦੇ ਵਿੱਚ ਬੈਟਰੀਆਂ ਹੈ ਨਹੀਂ। ਮੈਂ ਜਵਾਕਾਂ ਨੂੰ ਘੱਲਿਆ, ਮੈਂ ਜਾ ਕੇ ਨਾ ਚਲੋ ਜੋ ਇਹਦਾ
ਆਟੋ ਦੇ ਆਪਣੇ ਚੱਕੇ ਲੈ ਜੋ ਲੈ ਲਿਆ ਡਰੰਮ ਟੁੱਟੇ ਹੋਏ ਆ ਬ੍ਰੇਕ ਵਾਲੇ ਉਹ ਮੈਂ ਚੱਲ ਜਾ ਕੇ ਲੈ ਜੋ ਆਪਾਂ ਪਾ ਦੇ ਪਾ ਕੇ ਲੈ ਆਉਂਦੇ ਹਾਂ ਜਦ ਆ ਕੇ ਵੇਖਿਆ ਅਤੇ ਵਿੱਚ ਬੈਠ ਰਿਹਾ ਨਹੀਂ ਅਤੇ ਮੈਂ ਚੌਂਕੀ ਅੰਦਰ ਗਿਆ ਇਹਨਾਂ ਕੋਲ ਮੈਂ ਬੇਨਤੀ ਕੀਤੀ ਜੋ ਮੁਲਾਜ਼ਮਾਂ ਕੋਲ ਇਹਨਾਂ ਨੂੰ ਮੈਂ ਆਖਿਆ ਮੈਂ ਸਾਹਿਬ ਜੀ ਮੈਨੂੰ ਦੱਸੋ ਕਿੰਨਾ ਬਾਬਾ ਜੀ ਕਿਵੇਂ ਕੰਮ ਆਏ ਆ ਜੀ ਵੀਰ ਜੀ ਮੈਂ ਕਿਹਾ ਬਈ ਮੇਰੀ ਆਟੋ ਦੀ ਬੈਂਟਰੇ ਚੋਰੀ ਹੋ ਗਏ ਜੀ ਕਹਿੰਦੇ ਬਾਬਾ ਜੀ ਤੁਹਾਨੂੰ ਕਈ ਵਾਰੀ ਤਿੰਨ ਚਾਰ ਵਾਰੀ ਘਰੇ ਸਨੇਹ ਲਾ ਕੇ ਆਏ ਸੀਗੇ ਜੀ ਉਪਰੰਤ ਮੈਨੂੰ ਪਤਾ ਹੀ ਲੱਗਿਆ ਜੀ ਉਹ ਤੋਂ ਬਾਅਦ ਕਹਿੰਦੇ ਮੈਂ ਕਿਹਾ ਬਈ ਮੇਰੇ ਹੁਣ ਬੈਂਟਰੇ ਜਿਹੜੇ ਚੋਰੀ ਹੋਏ ਆ ਉਹ ਦੱਸੋ ਕਿਵੇਂ ਆ ਜੀ ਕਹਿੰਦੇ ਵੀ ਇੱਥੇ ਬਾਹਰ ਹੋਰ ਗੱਡੀਆਂ ਉੱਤੇ ਉੱਥੇ ਕੁਆਰੀਏ ਕੱਢ ਕੇ ਲੈ ਜਾਂਦੇ ਆ ਜੇ ਕੁਆਰੀਏ ਲੈ ਕੇ ਜਾਂਦੇ ਦੂਜੀਆਂ ਬੈਂਟਰੀਆਂ ਕੱਢ ਕੇ ਲੈ ਜਾਂਦੇ ਸਮਾਨ ਵਿੱਚ ਟੂਲ ਉਵੇਂ ਪਿਆ ਵਾ ਅਤੇ ਦੋ ਬੈਂਟਰੇ ਹੈਗੇ ਤਾਂ ਦੋ ਮਗਰਲੀਆਂ ਸੀਟਾਂ ਤਾਂ ਹੈ ਨਹੀਂ ਗਏ ਜਿੱਦਣ ਐਕਸੀਡੈਂਟ ਹੋਇਆ ਸੀਗਾ ਉੱਦਣ ਬਿਲਕੁਲ ਲਾਈਟਾਂ ਵੀ ਚੱਲਦੀਆਂ ਸੀ ਇਹਦੀਆਂ ਸਾਰਾ ਕੁਛ ਚੱਲਦਾ ਸੀਗਾ ਇਹਦਾ ਜੀ ਅਤੇ ਉੱਥੇ ਉਸ ਤੋਂ ਬਾਅਦ ਹੁਣ ਮੇਰੀ ਇਹੀ ਮੰਗ ਆ ਜੀ ਵੀ ਮੇਰੀ ਇੱਥੇ ਜ਼ਿਆਦਾਤਰ ਮੈਨੂੰ ਇੱਥੋਂ ਜਿਹੜੇ ਬੈਂਟਰੇ ਨਿਕਲੇ ਮੈਨੂੰ ਬੈਂਟਰੇ ਪੂਰੇ ਕਰਕੇ ਦੇ ਦੇਣ ਜੀ ਜਾਂ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਜੀ ਇਹ ਹੁਣ ਜਿਹੜਾ ਮੰਡੀ ਲਾਦੂ ਕੋ ਚੌਕੀ ਦੇ ਸਾਹਮਣੇ ਖੜਾ ਆਟੋ ਤੁਹਾਡਾ ਹਾਂਜੀ ਹਾਂਜੀ ਤੁਸੀਂ ਬੋਲ ਰਹੇ ਹੋ ਹਾਂਜੀ ਠੀਕ ਜੋ ਤੁਸੀਂ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹੋ ਉਹ ਕਿਹਦੇ ਖਿਲਾਫ ਕਰ ਰਹੇ ਹੋ ਉਹ ਫਿਰ ਚੌਕੀ ਦੇ ਖਿਲਾਫ ਹੀ ਹੋਊਗੀ ਜੀ ਮੁਲਾਜ਼ਮਾਂ ਦੇ ਖਿਲਾਫ ਹੀ ਹੋਊਗੀ ਜੋ ਉੱਥੇ ਕੈਮਰੇ ਲੱਗੇ ਹੋਏ ਆ ਸੀਸੀਟੀਵੀ ਕੈਮਰੇ ਹਾਂ ਮੈਂ ਇਹਨਾਂ ਨੂੰ ਕਿਹਾ ਮੈਂ ਜੋ ਤੁਹਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਵੀ ਤੁਸੀਂ ਥਾਣੇ ਅੰਦਰ ਇਹ ਕੈਮਰੇ ਲਾਏ ਹੋ ਕਾਹਦੇ ਵਾਸਤੇ ਲਾਏ ਹੋਏ ਆ ਵੀ ਬਾਹਰ ਵੀ ਕੈਮਰੇ ਲੱਗੇ ਹੋਣੇ ਆ ਕਹਿੰਦੇ ਬਾਬੇ ਕੈਮਰੇ ਲੱਗੇ ਆ ਰਾਤ ਨੂੰ ਅਸੀਂ ਗੇਟ ਬੰਦ ਕਰ ਦਈਦਾ ਕਹਿੰਦੇ ਗੇਟ ਤੱਕ ਹੀ ਕੈਮਰੇ ਕੰਮ ਕਰਦੇ ਆ ਅਤੇ ਸੜਕ ਤੋਂ ਪਾਰ ਨਹੀਂ ਕੰਮ ਕਰਦੇ ਗੇ ਜੀ ਜੋ ਇੱਕ ਬੈਂਟਰੀ ਆ ਤਕਰੀਬਨ ਇਹ 130 ਐਂਪੀਅਰ ਦੀ ਬੈਂਟਰੀ ਆ ਪਈਆਂ ਵੀ ਆ ਜੀ ਇਹਦੀ ਲਗਭਗ ਹੈਗੀ ਆ 12,000 ਇੱਕ ਬੈਂਟਰੀ ਦੀ ਅਤੇ ਦੋ ਬੈਂਟਰੀ ਆ ਤਕਰੀਬਨ ਕਹਿੰਦਾ ਭਾਵ ਇਹ 25,000 ਦਾ ਮੇਰਾ ਨੁਕਸਾਨ ਹੋਇਆ ਵਾ ਜੀ 25,000 ਦੇ ਤਾਂ ਬੈਂਟਰੇ ਤੁਹਾਡੇ ਗਾਇਬ ਆ ਹਾਂਜੀ ਹਾਂਜੀ ਵੀ ਲਗਭਗ ਹੁਣ ਤੁਹਾਡਾ ਇਹ ਜਿਹੜਾ ਕਿ ਬਿਨਾਂ ਕਿ ਬੈਂਟਰੀ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਰਹਿ ਗਿਆ ਬੈਂਟਰੀ ਬਗੈਰ ਕਾਹਦਾ ਕੰਮ ਦਾ ਜੀ ਜੇ ਵਿੱਚ ਬੈਂਟਰੇ ਹੁੰਦੇ ਤਾਂ ਮੈਂ ਤਾਂ ਚੱਕੇ ਪਾ ਕੇ ਆਪਦੇ ਲੈ ਜਾਣੇ ਸੀਗੇ ਹੁਣ ਉਸ ਤੋਂ ਬਾਅਦ ਹੁਣ ਕਿ ਕੰਮ ਦਾ ਨਹੀਂ ਰਹਿ ਗਿਆ ਜੋ ਮੇਰੇ ਘਰ ਦੇ ਵੀ ਅੱਖਾਂ ਦੇ ਮਨਾਖੇ ਜੋ ਨਿੱਕੇ ਨਿੱਕੇ ਮੇਰੇ ਜਵਾਕ ਸੀਗੇ ਉਹੀ ਮੈਂ ਆਪਦਾ ਰੁਜ਼ਗਾਰ ਚਲਾਇਆ ਸੀਗਾ ਜੀ ਬਾਬਾ ਜੀ ਇਸ ਤੋਂ ਇਲਾਵਾ ਹੋਰ ਕੀ ਤੁਹਾਡਾ ਰੁਜ਼ਗਾਰ ਹੋਰ ਮੇਰਾ ਕੋਈ ਰੁਜ਼ਗਾਰ ਨਹੀਂ ਗਾ ਇਹੀ ਮੇਰਾ ਰੁਜ਼ਗਾਰ ਸੀਗਾ ਜੀ ਬਾਬਾ ਜੀ ਬੈਟਰੀ ਤੁਹਾਨੂੰ ਕੰਮ ਕਰਦੇ ਕਿੰਨੇ ਦੇ ਰਹੋਗੇ ਹਾਂਜੀ ਬੈਟਰੀ ਦਾ ਸਕੂਟਰ ਦਾ ਕਿਹੜੇ ਸਾਲ ਲਿਆ ਕਿਹੜੇ ਸਾਲ ਤੁਸੀਂ ਲਿਆ ਸੀ ਇਹ ਮੈਂ ਫਾਜ਼ਿਲਕਾ ਤੋਂ ਲਿਆ ਸੀਗਾ ਹਬੋ ਰੋਡ 'ਤੇ ਘਮੰਡ ਦੀ ਦੁਕਾਨ ਆ ਉੱਥੋਂ ਲਿਆ ਸੀਗਾ ਉੱਥੇ ਨਵੀਆਂ ਗੱਡੀਆਂ ਮਿਲਦੀਆਂ ਜੀ ਘਮੰਡ ਵਾਲੇ ਉੱਥੇ ਸਾਰਾ ਕੁਝ ਵਿੱਚ ਪ੍ਰੂਫ ਹੈਗਾ ਜੀ ਜਦੋਂ ਗੱਡੀ ਲਈ 6 ਮਹੀਨੇ ਪਹਿਲੇ ਲਿਆ ਸੀ ਤੁਸੀਂ ਹਾਂਜੀ 6 ਮਹੀਨੇ ਪਹਿਲੇ ਲਿਆ ਸੀ ਕਿਆ ਦਾ ਮਤਲਬ ਹਾਂਜੀ 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 ਅਤੇ ਤਾਂ ਬਾਬਾ ਜੀ ਤੁਹਾਡੇ ਪਰਿਵਾਰ ਵਿੱਚ ਕਿੰਨੇ ਬੱਚੇ ਆ ਅਤੇ ਕਮਾਉਣ ਵਾਲਾ ਹੋਰ ਕੌਣ ਹੈ ਅਤੇ ਇਸ ਟਾਈਮ ਤੁਹਾਡੇ ਨਾਲ ਕੌਣ ਆਇਆ ਜੀ ਮੇਰੇ 3 ਬੱਚੇ ਆ ਜੀ ਵੱਡਾ ਬੇਟਾ ਮੇਰਾ 8ਵੀਂ ਵਿੱਚ ਪੜ੍ਹਦਾ ਜੀ ਜੋ ਆ ਗੁੱਡੀਆਂ ਮੇਰੀ 1 ਜੀ ਅਤੇ ਹੋਰ ਛੋਟਾ ਬੇਟਾ ਮੇਰਾ ਜੀ ਮੇਰੇ 3 ਬੱਚੇ ਜੀ ਘਰ ਦੇ ਉਹ ਅੱਖਾਂ ਦਾ ਮਨਾਖੇ ਆ ਜੀ ਅਤੇ ਮੈਂ ਆਂਗੀ ਜੀ ਨਾ ਮਾਤਾ ਪਿਤਾ ਮੇਰੇ ਪੂਰੇ ਹੋ ਗਏ ਸੀਗੇ ਘਰੇ ਮੇਰਾ ਕੋਈ ਕਮਾਉਣ ਵਾਲਾ ਹੈ ਨਹੀਂ ਗਾ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਬਾਬਾ ਜੀ ਦਾ ਜੋ ਪਰਿਵਾਰ ਹੈ ਉਹਨੇ ਬੋਲ ਕੇ ਦੱਸਤਾ ਨਾਲ ਉਹਦੀ ਬੇਟੀ ਖੜੀ ਹੈ ਤਾਂ ਅੱਜ ਉਹ ਪੁਲਿਸ ਚੌਕੀ ਆਏ ਨੇ ਤਾਂ ਜਿੰਨਾ ਉਹਦਾ ਨੁਕਸਾਨ ਹੋਇਆ ਹੁਣ ਦੇਖਣਾ ਹੋਏਗਾ ਕਿ ਇਹ ਪੁਲਿਸ ਚੌਕੀ ਮੰਡੀ ਲਾਧੂਕਾ ਇਹਦੀ ਭਰਪਾਈ ਭਰਦੀ ਹੈ ਜਾਂ ਕੋਈ ਹੋਰ ਇਹਦਾ ਹੱਲ ਕੱਢਦੇ ਆ ਜੀ ਸਰ ਸ਼ੁਭ ਨਾਮ ਚੌਕੀ ਚਰਤਾ ਗੈਡ ਹਾਈਕੋਰਟ ਜੀ ਅਤੇ ਚਲੋ ਅੱਜ ਮੈਂ ਬੈਠਾ ਜੀ ਬਾਬਾ ਜੀ ਸਾਡੇ ਕੋਲ ਫਰਿਆਦ ਲੈ ਕੇ ਆਏ ਆ ਜੀ ਇਹਨਾਂ ਦੇ ਕੋਈ ਬੈਟਰੀਆਂ ਚੋਰੀ ਹੋਈਆਂ ਅਤੇ ਆਪਾਂ ਕੈਮਰੇ ਚੈੱਕ ਕਰ ਲੈਂਦੇ ਹਾਂ ਜਿਵੇਂ ਫੋਟੋ ਆਉਂਦੀ ਹੈ ਅਤੇ ਕੋਈ ਦੋਸ਼ੀ ਆਉਂਦਾ ਹੁੰਦਾ ਕਾਨੂੰਨੀ ਕਾਰਵਾਈ ਕਰ ਦਿਆਂਗੇ ਤੁਸੀਂ FIR ਰਜਿਸਟਰ ਕਰੋਗੇ ਅੱਜ ਕੇ ਇਨਕੁਆਇਰੀ ਕਰਨ ਤੋਂ ਬਾਅਦ ਕੋਈ ਸਟੈਪ ਨਹੀਂ ਇਨਕੁਆਇਰੀ ਮੇਰੇ ਚੌਂਕੀ ਚਾਰੇ ਆ ਜਾਂਦੇ ਜੀ ਇਨਕੁਆਇਰੀ ਕਰ ਲੈਂਦੇ ਹਾਂ ਜੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਸਰ ਇੱਕ ਸਵਾਲ ਇਹ ਬਣਦਾ ਹੈ ਵੀ ਜਿਹੜਾ ਕਿ ਆਟੋ ਚੌਕੀ ਦੇ ਬਿਲਕੁਲ ਬਾਹਰ ਖੜਾ ਹੈ ਗੁਰਮੇਲ ਸਿੰਘ ਨੇ ਵੀ ਕਿਹਾ ਕਿ ਅਸੀਂ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਾਂਗੇ ਕੈਮਰੇ ਦੀ ਫੁਟੇਜ ਹੁਣ ਦੇਖਣਾ ਹੋਏਗਾ ਕਿ ਕਿੰਨੇ ਦਿਨ ਪਹਿਲਾਂ ਚੋਰੀ ਹੋਈ ਹੈ ਬੈਟਰੀ ਕਿਵੇਂ ਗਾਇਬ ਹੋਇਆ ਇਹ ਤਾਂ ਹੁਣ ਕੈਮਰਾ ਖੋਲ੍ਹਿਆ ਜਾਏਗਾ ਦੱਸਿਆ ਜਾਏਗਾ ਤਾਂ ਅਗਲੀ ਗੱਲਬਾਤ ਤੁਹਾਡੇ ਨਾਲ ਅਗਲੀ ਦੱਸਾਂਗੇ